ਅਮਰੀਕਾ ਦੇ ਵਿਦੇਸ਼ ਮੰਤਰੀ ਰੈਕਸ ਟਿਲਰਸਨ ਅਗਲੇ ਹਫਤੇ ਏਸ਼ੀਆ ਦੇ ਆਪਣੇ ਪਹਿਲੇ ਦੌਰੇ ਤਹਿਤ ਜਾਪਾਨ, ਦੱਖਣ ਕੋਰੀਆ ਅਤੇ ਚੀਨ ਦੀ ਯਾਤਰਾ ਤੇ ਜਾਣ ਕੇ ਟਿਲਰਸਨ ਇਸ ਦੌਰਾਨ ਉੱਤਰ ਕੋਰੀਆ ਦੇ ਮਿਸਾਈਲ ਪਰੀਖਣ ਅਤੇ ਖੇਤਰ ਵਿੱਚ ਅਮਰੀਕੀ ਆਰਥਿਕ ਹਿੱਤਾਂ ਦੇ ਮੁੱਦਿਆਂ ਤੇ ਇਹਨਾਂ ਦੇਸ਼ਾਂ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਮੁਲਾਕਾਤ ਕਰਨਗੇ। ਟਿਲਰਸਨ ਇਸ ਦੌਰਾਨ 15 ਮਾਰਚ ਨੂੰ ਜਾਪਾਨ, 17 ਮਾਰਚ ਨੂੰ ਦੱਖਣ ਕੋਰੀਆ ਅਤੇ 18 ਮਾਰਚ ਨੂੰ ਚੀਨ ਦਾ ਦੌਰਾ ਕਰਨਗੇ। ਇਹ ਦੌਰਾ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਹਾਲ ਹੀ ਦੇ ਵਿੱਚ ਉੱਤਰ ਕੋਰੀਆ ਦੇ ਮਿਸਾਈਲ ਪਰੀਖਣ ਅਤੇ ਮਲੇਸ਼ੀਆ ਦੇ ਵਿੱਚ ਉੱਤਰ ਕੋਰੀਆ ਦੇ ਨੇਤਾ ਕਿਮ ਯੋਂਗ ਉਨ ਦੇ ਮਤਰੇ ਭਰਾ ਕਿਮ ਯੋਂਗ ਨਾਮ ਦੀ ਹੱਤਿਆ ਦੇ ਬਾਅਦ ਤਣਾਅ ਦਾ ਮਾਹੌਲ ਬਣਿਆ ਹੋਇਆ ਏ।